ਪਿਛਲੇ ਦਿਨੀ ਫਗਵਾੜਾ ਦੇ ਇੱਕ ਚੌਂਕ ਦੇ ਨਾਂ ਨੂੰ ਲੈ ਕੇ ਹਿੰਦੂ ਸ਼ਿਵ ਸੈਨਾ ਤੇ ਦਲਿਤ ਭਾਈਚਾਰੇ ਦੇ ਝਗੜੇ 'ਚ ਗੋਲੀਬਾਰੀ ਮਾਮਲੇ 'ਚ ਦੋਹਾਂ ਧਿਰਾਂ ਦੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹਿੰਦੂ ਸ਼ਿਵ ਸੈਨਾ ਦੇ ਵਿਅਕਤੀਆਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਤਹਿਤ ਦਲਿਤ ਆਗੂ ਹਰਭਜਨ ਸੁਮਨ ਨੇ ਵੀ ਪੁਲਿਸ ਅੱਗੇ ਸਰੈਂਡਰ ਕਰ ਦਿੱਤਾ ਹੈ। ਇਸ ਦੌਰਾਨ ਹਰਭਜਨ ਸੁਮਨ ਨੇ ਕਿਹਾ ਕਿ ਉਹਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਤੇ ਮਾਨਯੋਗ ਅਦਾਲਤ ਵੱਲੋਂ ਜੋ ਵੀ ਫੈਸਲਾ ਸੁਣਾਇਆ ਜਾਵੇਗਾ ਉਹ ਉਸ ਨੂੰ ਮਨਜ਼ੂਰ ਹੋਵੇਗਾ। 13 ਅਪ੍ਰੈਲ ਦੀ ਰਾਤ ਨੂੰ ਜੋ ਸੰਵਿਧਾਨ ਚੌਂਕ ਦੇ ਵਿੱਚ ਸ਼ਰਾਰਤੀ ਅੰਸਰਾਂ ਵੱਲੋਂ ਸਾਡੇ 'ਤੇ ਅਟੈਕ ਕੀਤਾ ਗਿਆ ਸੀ, ਉਸ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ SIT ਬਿਠਾਈ ਗਈ ਸੀ ਔਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਆਸ਼ਵਾਸਨ ਦਿਵਾਇਆ ਸੀ ਕਿ ਜਿੱਡਾ ਕੁ ਸਾਡਾ ਕਸੂਰ ਹੈ ਅਗਰ ਸਾਡੀਆਂ ਤਾਂ ਉਹ ਧਾਰਾ ਲੱਗਦੀਆਂ, ਸਾਨੂੰ ਕੋਈ ਇਤਰਾਜ਼ ਨਹੀਂ। ਆਲਰੇਡੀ ਜਿਹੜਾ ਇੱਕ ਮੁਕੱਦਮਾ ਦਰਜ 13-14 ਦੀ ਦਰਮਿਆਨੀ ਰਾਤ ਜਿਹੜਾ ਇੱਕ ਝਗੜਾ ਸ਼ਹਿਰ ਫਗਵਾੜਾ 'ਚ ਹੋਇਆ ਸੀ ਅਤੇ ਸਿਟੀ ਫਗਵਾੜਾ ਇੱਕ ਮੁਕੱਦਮਾ ਦਰਜ ਆ 77 ਨੰਬਰ, ਤਾਂ ਉਹਦੇ ਵਿੱਚ ਹਰਭਜਨ ਸੁਮਨ ਜਿਹੜਾ ਵਾਂਟਡ ਸੀ ਜਿਹੜਾ ਜਿਨ੍ਹਾਂ ਦੇ ਭਾਈਚਾਰੇ ਨੇ ਇਹਨੂੰ ਸਰੈਂਡਰ ਕਰਾਇਆ ਅਤੇ ਹੁਣ ਸਾਡੇ ਕੋਲ ਫਰਦਰ ਦੀ ਅਰੈਸਟ ਪਾ ਕੇ ਜਿਹੜਾ ਇਨਵੈਸਟੀਗੇਸ਼ਨ ਕਰਦਾ। ਹਰਭਜਨ ਸੁਮਨ ਇਕੱਲੇ ਆਏ ਜੀ? ਜਿਹੜਾ ਇਹਦੇ ਵਿੱਚ ਹੋਰ ਵੀ ਕਾਫੀ ਸਾਰਾ, ਪਰ ਅੱਜ ਇਹਨਾਂ ਨੇ ਇਹਨੂੰ ਸਰੈਂਡਰ ਕਰਾਇਆ। ਤੁਸੀਂ ਕਿੰਨੇ ਉਹਦਾ ਬੰਦੇ ਕਿੰਨੇ ਫੜੇ ਜੀ ਇਹਨਾਂ ਦੇ ਹੋਰ? ਨਹੀਂ, ਸਾਡੀ ਆਲਰੇਡੀ ਰੇਡ ਪਾਰਟੀ ਜਿਹੜੀ ਮੀਨ ਹੈ ਚੱਲ ਰਿਹਾ, ਅਜੇ ਰੀਸੈਂਟਲੀ ਜੇ ਕੋਈ ਐਟ ਪ੍ਰੈਜੈਂਟ ਫਲਾਣੇ ਬੰਦੇ ਦੀ ਗ੍ਰਿਫਤਾਰੀ ਪਈ ਹੈ ਜੀ, ਕੋਈ ਅਜੇ ਇਹਨੂੰ ਜਿਹੜਾ ਸਰੈਂਡਰ ਕਰਾਇਆ ਅਤੇ ਇਹਦੀ ਗ੍ਰਿਫਤਾਰੀ ਪਾਉਣ। ਸਾਥੀਓ, ਅੱਜ ਸਾਡੇ ਵੀਰ ਹਰਭਜਨ ਸੁਮਨ ਜੀ ਨੇ ਇੱਕ ਵੱਡਾ ਫੈਸਲਾ ਲਿਆ ਔਰ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਕਿ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹਾਂ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਕਾਨੂੰਨ ਨੂੰ ਮੰਨਣ ਵਾਲੇ ਲੋਕ ਹਾਂ, ਅੱਜ ਉਹਨਾਂ ਨੇ ਉਸ ਗੱਲ ਨੂੰ ਸੱਚ ਸਾਬਤ ਕਰਕੇ ਜੋ 13 ਤਰੀਕ ਨੂੰ ਫਗਵਾੜੇ ਦੇ ਅੰਦਰ ਜੋ ਗੋਲ ਚੌਂਕ ਨੂੰ ਸੰਵਿਧਾਨ ਚੌਂਕ ਨਾਮ ਦਾ ਬੋਰਡ ਲਗਾਉਣ ਦੇ ਉੱਤੇ ਜਿਹੜਾ ਵਿਵਾਦ ਹੋਇਆ ਸੀ, ਜਿਹਦੇ ਵਿੱਚ ਸ਼ਿਵ ਸੈਨਾ ਔਰ ਪਲੱਸ ਕੁਛ ਹਿੰਦੂ ਸੰਗਠਨਾਂ ਦੇ ਲੋਕਾਂ ਨੇ ਜਿਹੜਾ ਨਿਹੱਥੇ ਦਲਿਤ ਸਮਾਜ ਦੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਸੀ, ਜਿਹਦੇ ਵਿੱਚ ਸਾਡਾ ਇੱਕ ਨੌਜਵਾਨ ਵੀਰ ਜਸ਼ਵੰਤ ਬੌਵੀ ਸ਼ਹੀਦ ਹੋ ਗਿਆ ਸੀ ਔਰ ਉਹਦੇ 'ਚ ਕੁਲਵਿੰਦਰ ਭੁੱਲਾਰਾਈ ਜਿਹੜਾ ਆ ਸਾਡਾ ਉਹ ਜ਼ਖਮੀ ਹੋ ਗਿਆ ਸੀ ਜਿਹੜਾ ਜ਼ੇਰੇ ਇਲਾਜ ਹੈ। ਉਸ ਘਟਨਾ ਤੋਂ ਬਾਅਦ ਅੱਜ ਤੱਕ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਸੀ ਔਰ ਅਸੀਂ ਪਹਿਲੇ ਦਿਨ ਇਹ ਗੱਲ ਕਹੀ ਸੀ ਕਿ ਜੇ ਸਾਡਾ ਜਿੰਨਾ ਜ਼ੁਲਮ ਹੈ ਅਸੀਂ ਕੋਈ ਜਿੰਨਾ ਅਪਰਾਧ ਕੀਤਾ ਅਸੀਂ ਉਨੀ ਸਜ਼ਾ ਭੁਗਤਣ ਨੂੰ ਤਿਆਰ ਹਾਂ ਔਰ ਉਹਦੇ ਵਿੱਚ ਅੱਜ ਹਰਭਜਨ ਸੁਮਨ ਜੀ ਨੇ ਇੱਕ ਵੱਡਾ ਫੈਸਲਾ ਲਿਆ ਕਿ ਜੇ ਅਸੀਂ ਬੋਰਡ ਲਗਾਇਆ ਸਾਡੇ 'ਤੇ ਉਸ ਧਾਰਾਵਾਂ ਦੇ ਤਹਿਤ ਕਾਰਵਾਈ ਕਰਿਓ, ਅਸੀਂ ਜਿਹੜਾ ਭੁਗਤਣ ਨੂੰ ਤਿਆਰ ਹਾਂ ਔਰ ਉਹਨਾਂ ਨੇ ਉਸ ਗੱਲ ਨੂੰ ਸੱਚ ਸਾਬਤ ਕਰਕੇ ਅੱਜ ਇੱਥੇ ਸਰੈਂਡਰ ਕੀਤਾ ਪੁਲਿਸ ਦੇ ਸਾਹਮਣੇ। ਅੱਜ ਉਹਨਾਂ ਨੂੰ ਅਸੀਂ ਇੱਥੇ ਆਏ ਹਾਂ, ਉਹਨਾਂ ਨੇ ਸਰੈਂਡਰ ਕਰਤਾ, ਹੁਣ ਥੋੜ੍ਹੀ ਦੇਰ ਤੱਕ ਜਦੋਂ ਪੁਲਿਸ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰੇਗੀ, ਮਾਨਯੋਗ ਕੋਰਟ ਜੋ ਡਿਸੀਜਨ ਦੇਵੇਗੀ ਅਸੀਂ